ਮੁਰਦਾਬਾਦ ਮੁਕਤਾਂ ਦੇ ਮੁਕਤਾਂ ਦੇ ਮੁਕਤਾਂ ਦੇ ਮੁਕਤਾਂ ਦੇ ਸਰਕਾਰ ਮੁਰਦਾਬਾਦ 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 ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ 1 ਸਾਲ ਦੇ ਕਰੀਬ ਸਮਾਂ ਹੋ ਚੱਲਿਆ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਨੂੰ ਪਰ ਸਰਕਾਰ ਕੁਝ ਸਮੇਂ ਦੀ ਗੱਲਬਾਤ ਤੋਂ ਬਾਅਦ ਜਿਹੜਾ ਡੈਡਲੌਕ ਹੈ ਉਹ ਬਰਕਰਾਰ ਹੈਗਾ ਖੇਤੀ ਮੰਤਰੀ ਬਿਆਨ ਆਉਂਦਾ ਹੈਗਾ ਕੀ ਗੱਲਬਾਤ ਲਈ ਤਿਆਰ ਆ ਪਰ ਕਾਨੂੰਨ ਰੱਦ ਨਹੀਂ ਹੋਣਗੇ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਵੀ ਕਹਿਣਾ ਹੈਗਾ ਕਿ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੇ ਮੰਨਣ ਨੂੰ ਤਿਆਰ ਨਹੀਂ ਹੈਗੇ ਪਰ ਇਸੇ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਵੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਉਹਨੂੰ ਪਗਾਇਆ ਜਾਂਦਾ ਹੈਗਾ ਚਾਹੇ ਉਹ ਅਰਥੀ ਫੂਕਣੀ ਹੋਵੇ ਚਾਹੇ ਚੌਂਕਾਂ ਦੇ ਵਿੱਚ ਮੁਜਾਰੇ ਕਰਨੇ ਹੋਣ ਪਰ ਇਸ ਵਾਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਜਿਹੜੇ ਵੱਡੇ ਪੁਤਲੇ ਨੇ ਕੇਂਦਰ ਸਰਕਾਰ ਦੇ ਪੁਤਲੇ ਨੇ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦਾ ਦੇਸ਼ ਦੇ ਦਾ ਪੁੱਤ ਲਗਾ ਜਿਹੜਾ ਉਹ ਜਲਾਇਆ ਜਾਣਾ ਹੈਗਾ ਇਸ ਸਮੇਂ ਅਸੀਂ ਸੰਗਰੂਰ ਦੇ ਨੇੜੇ ਪਿੰਡ ਲੌਂਗਵਾਲ ਦੇ ਵਿੱਚਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਤੇ ਕਰੀਬ 20 ਫੁੱਟ ਲੰਬਾ ਜਿਹੜਾ ਪੁੱਤ ਲਗਾ ਹੈਗਾ ਕਿਸਾਨਾਂ ਵੱਲੋਂ ਤਿਆਰ ਕੀਤਾ ਗਿਆ ਹੈਗਾ ਜਿਸ ਨੂੰ ਕੀ ਜਲਾਇਆ ਜਾਣਾ ਹੈਗਾ ਵਿਰੋਧ ਦੇ ਵਜੋਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈਗੀ ਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਇਹ ਪੁਤਲੇ ਨੇ ਵੱਡੇ ਵੱਡੇ ਆ ਆਦਮਕਾ ਤੋਂ ਵੀ ਵੱਡੇ ਜਿਹੜੇ ਪੁਤਲੇ ਨੇ ਉਹ ਜਲਾਏ ਜਾਣੇ ਨੇ ਜਿਸ ਦੀਆਂ ਕਿ ਤਿਆਰੀਆਂ ਪਿੰਡਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਖੁਦ ਇਸ ਜਿਹੜਾ ਵੱਡਾ ਪੁਤਲਾ ਹੈਗਾ ਇਹਨੂੰ ਤਿਆਰ ਕਰ ਰਹੇ ਨੇਗੇ ਕਿਸਾਨ ਆ ਜਿਹੜੇ ਪਿੰਡ ਦੇ ਆਗੂ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰ ਲੈਣੇ ਆਂ ਵੀਰ ਜੀ ਕੀ ਨਾਮ ਹੈ ਜੀ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਜੀ ਕਿਵੇਂ ਜਥੇਵੰਦੀ ਦੀ ਕੌਲ ਤੇ ਤੁਸੀਂ ਇਹ ਜਿਹੜਾ ਪੁਤਲਾ ਤਿਆਰ ਕਰ ਰਹੇ ਹੋਗੇ ਕਿੱਥੇ ਜਲਾਇਆ ਜਾਣਾ ਹੈਗਾ ਤੇ ਕਿਵੇਂ ਜਿਹੜਾ ਇਹਨੂੰ ਮਤਲਬ ਤੁਸੀਂ ਤਿਆਰੀਆਂ ਨੇ ਸ਼ੁਰੂ ਕਰ ਦਿੱਤੀਆਂ ਨਹੀਆਂ ਅਸੀਂ ਜਥੇਵੰਦੀ ਦੀ ਕੌਲ ਤੇ ਜਦੋਂ ਕੌਲ ਜਥੇਵੰਦੀ ਦੀ ਆਉ ਉਹ ਜਿੱਥੇ ਉਹ ਕਹਿਣਗੇ ਉੱਥੇ ਜਲਾਵਾਂਗੇ ਅਗਰ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਇਹਨੂੰ ਅਸੀਂ ਤਿਆਰ ਕਰ ਰਹੇ ਹਾਂ ਜਦੋਂ ਜਥੇਵੰਦੀ ਦੀ ਕੌਲ ਆਉ ਉੱਥੇ ਅਸੀਂ ਜਲਾਵਾਂਗੇ ਇਹ ਸੰਗਰੂਰ ਦੱਸਣਗੇ ਸੰਗਰੂਰ ਜਲਾਵਾਂਗੇ ਜਦੋਂ ਵੀ ਕਹਿਣਗੇ ਉਦੋਂ ਜਲਾਇਆ ਜਾਏਗਾ ਜੋ ਜਿਹੜੇ ਕੇਂਦਰ ਸਰਕਾਰ ਹੈ ਹਾਲ ਤੱਕ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈਗੀ ਪਰ ਉਹਨਾਂ ਦਾ ਇਹ ਕਹਿਣਾਗਾ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਗੱਲਬਾਤ ਕਰਨ ਦੇ ਲਈ ਉਹ ਤਿਆਰ ਨੇ ਜਿਵੇਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੀ ਬਿਆਨ ਆਉਂਦਾਗਾ ਪਰ ਦੂਜੇ ਪਾਸੇ ਜੇਕਰ ਦੇਖੀਏ ਤਾਂ ਜਿਹੜੀ ਲਖੀਂਪੁਰ ਖੀਰੀ ਦੇ ਵਿੱਚ ਘਟਨਾ ਹੋਈ ਹੈ ਉਸ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਇੱਕ ਗੁੱਸਾ ਹੈਗਾ ਉਹ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਤੋਂ ਅੱਗੇ ਰੈਕਸ਼ਨ ਪਲਾਨ ਦੇ ਦਿੱਤੇ ਨੇ ਕਿਵੇਂ ਲੱਗਦਾ ਵੀ ਕਿਸਾਨ ਵਾਪਸ ਛੱਟ ਨੂੰ ਤਿਆਰ ਨਹੀਂ ਤੇ ਸਰਕਾਰ ਹੈ ਜਿਹੜੀ ਉਹ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ ਕਿੰਨਾ ਲੰਮਾ ਸਮਾਂ ਚੱਲੇਗਾ ਹੋਰ ਜਿੰਨਾ ਮਰਜ਼ੀ ਲੰਮਾ ਚੱਲੇ ਸਮਾਂ ਕਿਸਾਨ ਉੱਠ ਕੇ ਨਹੀਂ ਆਉਂਦੇ ਜਿੰਨਾ ਚਿਰ ਵੀ ਮੋਦੀ ਰੱਦ ਨਹੀਂ ਕਰਦਾ ਕਾਨੂੰਨ ਕਿਸਾਨ ਦਿੱਲੀ ਚੋਂ ਵਾਪਸ ਨਹੀਂ ਆਉਣਗੇ ਜੇਕਰ ਗੱਲ ਕਰੀ ਜਾਵੇ ਦੂਜੇ ਪਾਸੇ ਜਿਹੜੇ ਆਪਣੇ ਬੀਜੇਪੀ ਦੇ ਮੰਤਰੀ ਨੇ ਉਹਨਾਂ ਦਾ ਕਹਿਣਾਗਾ ਕਿ ਜਿਹੜੇ ਕਿਸਾਨ ਨੇ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਹਿੰਦੂਆਂ ਦਾ ਜਿਹੜੇ ਤਿਹਾਰ ਨੇ ਜਿਵੇਂ ਦਸਹਿਰਾ ਹਿੰਦੂਆਂ ਦਾ ਤਿਹਾਰ ਹੈਗਾ ਵੀ ਉਹਦੇ ਉੱਪਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦਾ ਜਿਹੜਾ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਾਲ ਦਿੱਤੀ ਸੀਗੀ ਜਥੇਬੰਦੀਆਂ ਨੇ ਵੀ ਇਹ ਸਾਡੇ ਜਿਹੜੇ ਤਿਹਾਰ ਨੇ ਹਿੰਦੂਆਂ ਦੇ ਉਹਨਾਂ ਨੂੰ ਖਰਾਬ ਕਰਨ ਦੀ ਇੱਕ ਸਾਜ਼ਿਸ਼ ਹੈ ਇਹਨੂੰ ਕਿਵੇਂ ਦੇਖਦੇ ਹਾਂ ਅਸੀਂ ਜਿਵੇਂ ਜਥੇਬੰਦੀ ਕਹੋ ਜੀ ਜਥੇਬੰਦੀ ਕਹੋ ਵੀ ਹਿੰਦੂਆਂ ਦਾ ਤਿਹਾਰ ਤੇ ਨਹੀਂ ਫੂਕਣਾ ਅਸੀਂ ਉਹ ਅਗਲੇ ਦਿਨ ਫੂਕ ਦਾਂਗੇ ਪਰ ਫੂਕਾਂਗੇ ਜ਼ਰੂਰ ਪਤਲਾ ਸੀ ਮੋਦੀ ਦਾ ਜੀ ਗੱਲ ਇਹ ਕਿਵੇਂ ਦੇਖਦੇ ਹੋਗੇ ਕਿ ਲੰਮਾ ਸਮਾਂ ਹੋ ਚੱਲਿਆਗਾ ਇੱਕ ਸਾਲ ਹੋ ਚੱਲਿਆਗਾ ਦੁਬਾਰੇ ਜਿਹੜਾ ਹੁਣ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈਗਾ ਦਿੱਲੀ ਬਾਰਡਰਾਂ ਤੇ ਵੀ ਜਾਣਾ ਪੈਂਦਾ ਹੈਗਾ ਤੇ ਹੁਣ ਦੁਬਾਰੇ ਪੁਤਲੇ ਫੂਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਵੇਂ ਦੇਖਦੇ ਹੋ ਕਿ ਕੱਤ ਕਿ ਚੱਲੇਗਾ ਸਾਰਾ ਕੁਝ ਇਹ ਦੇਖੋ ਜੀ ਜਿਹੜੇ ਸਾਡੀ ਸੰਯੁਕਤ ਮੋਰਚੇ ਦੀ ਪਲੈਨਿੰਗ ਬਣਾਈ ਹੋਈ ਹੈ ਜਿੰਨਾ ਚਿਰ ਇਹ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਚਾਹੇ 24 ਤੱਕਰ ਵੀ ਚੱਲੇ ਜੇ ਅਸੀਂ 24 ਤੱਕਰ ਵੀ ਚਲਾਵਾਂਗੇ ਇਹਨਾਂ ਨੂੰ ਰੱਦ ਕਰਕੇ ਆਵਾਂਗੇ ਪਰ ਇਹ ਸਾਡਾ ਇਹਨਾਂ ਨਾਲ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਇਹਨਾਂ ਦੀਆਂ ਨੀਤੀਆਂ ਨਾਲ ਵਿਰੋਧ ਹੈ ਉਹ ਸਾਡਾ ਭਾਈਚਾਰਾ ਅਸੀਂ ਕੋਈ ਇਹਨਾਂ ਦੇ ਜਾਣ ਕੇ ਵਿਰੋਧ ਨਹੀਂ ਬੈਠੇ ਕੋਈ ਹੋਰ ਨਹੀਂ ਕਰਿਆ ਅਸੀਂ ਇਹਨਾਂ ਨੂੰ ਇਹੀ ਗੱਲ ਕਹਿ ਰਿਹਾ ਵੀ ਤੂੰ ਪ੍ਰਧਾਨ ਮੰਤਰੀਆਂ ਦੇਖਦਾ ਤੇਰਾ ਇਹ ਨਹੀਂ ਕੰਮ ਬਣਦਾ ਲਖਵੀਰ ਫਿਰ ਦੇ ਪਤਾ ਤੇਰੇ ਮੰਤਰੀ ਦਾ ਮੁੰਡਾ ਮਤਲਬ ਸਾਡੇ ਕਿਸਾਨਾਂ ਦੀ ਮੌਤ ਕਰਦੇ ਅਸੀਂ ਇੱਕ ਜੇ ਢੰਗ ਨਾਲ बड़े संयुक्त मोर्चे ਦੇ بڑے ਢੰਗ ਨਾਲ ਅਸੀਂ ਕੋਈ ਬਦਮੀ ਘਟਮੀ ਇਹਨਾਂ ਨੂੰ ਗੱਲ ਨਹੀਂ ਕਰਦੇ ਕੋਈ ਡੰਗ ਛੋਟੀ ਨਹੀਂ ਮਾਰਦੇ ਅਸੀਂ ਆਪਦੇ ਤਿੰਨੇ ਕਾਲੇ ਕਾਨੂੰਨ ਖੇਤੀ ਰੱਦ ਕਰਾਉਣ ਲਈ ਕਿਉਂਕਿ ਸਾਡੇ ਕਿਤੇ ਜਿਹੇ ਠੁੱਡੇ ਮਾਰ ਰਹੇ ਨੇ ਸਾਲ ਦਾ ਸਮਾਂ ਹੋ ਗਿਆ ਪੰਜ ਚਾਰ ਗੇਲ ਗੱਲਬਾਤ ਵਿੱਚ ਬੈਠੇ ਨੇ ਇਹ ਕਹਿੰਦੇ ਨੇ ਕਾਨੂੰਨ ਰੱਦ ਨਹੀਂ ਹੁੰਦੇ ਛੋਧ ਕਰ ਦਿੰਦੇ ਆ ਜਦੋਂ ਸਾਨੂੰ ਇਹ ਕਾਨੂੰਨਾਂ ਦੀ ਲੋੜ ਹੀ ਨਹੀਂ ਇਹ ਰੱਦ ਕਿਉਂ ਨਹੀਂ ਹੁੰਦੇ ਜਿਵੇਂ ਇਹ ਬਣਾਏ ਨੇ ਰੱਦ ਵੀ ਹੋ ਸਕਦੇ ਨੇ ਜਦੋਂ ਇਹਨਾਂ ਦੇ ਮੰਤਰੀ ਦੇ ਮੁੰਡੇ ਨੇ ਮਤਲਬ ਉਹ ਬੰਦੇ ਮਾਰਤੇ ਉਦੋਂ ਇਹ ਕਹਿੰਦੇ ਨੇ ਇਹ ਤਾਂ ਸਾਡਾ ਮੰਤਰੀ ਦਾ ਮੁੰਡਾ ਹੀ ਨਹੀਂ ਦੀ ਉਰੇ ਨਹੀਂ ਦੀ ਬਿਲਕੁਲ ਉਹ ਟੀਵੀ ਦੇ ਵਿੱਚ ਓਵੇਂ ਜਿਵੇਂ ਉਹਦੀ ਗੱਡੀ ਓਵੇਂ ਜਿਵੇਂ ਛੱਟ ਸਾਰਾ ਕੁਝ ਆ ਗਿਆ ਅਸੀਂ ਸਰਕਾਰ ਵਾਲਿਆਂ ਉਹ ਨੀਤੀਆਂ ਨਹੀਂ ਕਰਦੇ ਕਿ ਅਸੀਂ ਇਹਨਾਂ ਨੂੰ ਪਿੰਡਾਂ 'ਚ ਮਾਰਾਂਗੇ ਜਾਂ ਕੁੱਟਾਂਗੇ ਅਸੀਂ ਇਹਨਾਂ ਦੀ ਜਿਹੜੀ ਪਾਲਿਸੀ ਨੀਤੀ ਹੈ ਉਹਦੇ ਉਲਟਾ ਹਾਂ ਅਸੀਂ ਆਪਣੇ ਅਸੀਂ ਇਹਨਾਂ ਨੂੰ ਆਪਣੇ ਭਰਾ ਮੰਨਦੇ ਹਾਂ ਇਸ ਕਰਕੇ ਰੋਸ਼ ਕਿਉਂਕਿ ਰਾਵਣ ਵੀ ਦਰੁਸ਼ਤਿਆ ਹੋਇਆ ਦੀ ਇਹ ਰਾਵਣ ਤੋਂ ਵੀ ਵੱਧ ਦਰੁਸ਼ਤਿਆ ਹੋਇਆ ਕਿਉਂਕਿ ਦਿੱਲੀ ਦੀਆਂ ਰੂਹਾਂ ਤੇ ਸਾਡਾ 700 ਕਿਸਾਨ ਜੀ ਦੋ ਗਿਆ ਇਹ ਸਾਡੇ ਨਾਲ ਗੱਲਬਾਤ ਕਰਨ ਨੂੰ ਕਿਉਂ ਤਿਆਰ ਨਹੀਂ ਇਸ ਕਰਕੇ ਰੋਸ ਵਜੋਂ ਅਸੀਂ ਇਹਦਾ 25 ਫੁੱਟ ਪੂਤਲਾ ਬਣਾਇਆ ਤੇ ਮਿੱਤ ਸਾਧੀਆਂ ਹੋਰ ਦੇ ਘਰੇਵਾਲ ਵਰਗੇ ਦੀਆਂ ਵੀ ਇਹਨਾਂ ਤੇ ਫਲੈਕਸਾ ਲਾ ਕੇ ਅਸੀਂ ਆਪਦੇ ਪੂਰੇ ਰੋਸ ਵਜੋਂ ਕਿਉਂ ਕਿ ਤਨੇ ਕਾਲੇ ਕਾਨੂੰਨ ਰੇਲੈਂਸ ਦੇ ਪੰਪਾਂ ਤੇ ਬੈਠਿਆਂ ਨੂੰ ਸਾਨੂੰ ਸਾਲ ਤੋਂ ਉੱਪਰ ਟਾਈਮ ਹੋ ਗਿਆ ਟੂਲ ਪਲੱਜ ਤੇ ਬੈਠਿਆਂ ਨੂੰ ਅਸੀਂ ਬੜੇ ਇਹ ਸਰਕਾਰ ਨੇ ਜਿੱਦਾਂ ਦੇ ਆਇਆ ਖੱਜਲ ਖਵਾਰ ਕਰਖਿਆ ਇਸ ਕਰਕੇ ਅਸੀਂ ਇਹਦਾ ਪੂਤਲਾ ਛਾੜਾਂਗੇ ਜਿਵੇਂ ਰਾਵਣ ਦਰਸ਼ਟਿਆ ਹੋਇਆ ਦੀ ਇਹ ਵੀ ਸਾਡਾ ਪ੍ਰਧਾਨ ਮੰਤਰੀ ਨੇ ਦਰਸ਼ਟਿਆ ਹੋਇਆ ਇਹਨੂੰ ਅਸੀਂ ਤਿਆਰੀਆਂ ਕੱਲ ਦੇ ਲੱਗੇ ਹੋયા ਐਸੇ ਤਰ੍ਹਾਂ ਸਾਡੇ ਕਿਸਾਨਾਂ ਲੱਗੇ ਹੋਏ ਨੇ ਇਹਦਾ ਪੂਤਲਾ ਬਣਾਉਣ ਦਾ 25 ਫੁੱਟ ਪੂਤਲਾ ਉੱਚਾ ਕਰਕੇ ਆਸੀਂ ਇੱਥੋਂ ਜਿੱਥੇ ਵੀ ਸਾਡੇ ਆਗੂਆਂ ਦੀ ਕਾਲ ਆਈ ਹੋ ਸਕਦਾ ਜਦੋਂ ਕਾਲ ਆਊ ਉਹ ਕਾਲ ਤੇ ਅਸੀਂ ਫੁੱਲ ਚੜਾਵਾਂਗੇ ਕਿਉਂਕਿ ਅਸੀਂ ਆਪਦੇ ਆਗੂਆਂ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਆਸੀਂ ਰੋਸ਼ਵਜੋ ਇਸ ਨੂੰ ਦੱchnਾ ਚਾਹੁੰਨੇ ਆ ਵੀ ਤੂੰ ਸਾਡਾ ਪ੍ਰਧਾਨ ਮੰਤਰੀਆਂ ਤੂੰ ਸਾਡੇ ਕਣੀ ਅੱਖ ਖੋਲ ਦੇਖ ਸਾਡੇ ਬੱਚੇ ਉੱਥੇ ਧੜਫਰੇ ਨੇ ਸਾਡੀਆਂ 100-100 ਸਾਲ ਦੀਆਂ ਮਾਮਾ ਤੇ ਬਜ਼ੁਰਗ ਤੜਫ ਰਹੇ ਨੇ ਕਿਉਂਕਿ ਝੋਨੇ ਦਾ ਛਿਜਣਾ ਇਸ ਕਰਕੇ ਅਸੀਂ ਘਰਾਂ 'ਚ ਦਸਹਿਰਾ ਮਨਾਉਣਾ ਦੀ ਦੀਵਾਲੀਆਂ ਵੀ ਸਾਡੀਆਂ ਉੱਥੇ ਲੰਘੀਆਂ ਲੋੜੀਆਂ ਵੀ ਸਾਡੀਆਂ ਉੱਥੇ ਲੰਘੀਆਂ ਸਾਡੇ ਮਤਲਬ ਤੁਹਾਨੂੰ ਕੋਈ ਸ਼ੌਂਕ ਨਹੀਂ ਰੂਹਾਂ ਤੇ ਬੈਠਿਆਂ ਨੂੰ ਬਾਪੂ ਜੀ ਕਿਵੇਂ ਦੇਖਦੇ ਹਾਂ ਕਿ ਜਿਹੜਾ ਦੁਸ਼ਹਿਰੇ ਦਾ ਤਿਹਾਰ ਹੈਗਾ ਉਸ ਦਿਨ ਰਾਵਣ ਦਾ ਪੁਤਲਾ ਜਲਾਇਆ ਜਾਂਦਾ ਹੈਗਾ ਪਰ ਦੂਜੇ ਪਾਸੇ ਉਮਰਾਂ ਦੇਖੀਏ ਤੁਸੀਂ ਬਜ਼ੁਰਗ ਹੋ ਗਏ ਇੱਥੇ ਜਿਹੜੀ ਉਮਰ ਦੇ ਵਿੱਚ ਤੁਸੀਂ ਆਪਣੇ ਜਿਹੜੇ ਪੁੱਤ ਪੋਤੇ ਨੇ ਉਹ ਖੜਿਓਣੇ ਸੀ ਉਹ ਉਮਰ ਦੇ ਵਿੱਚ ਤੁਸੀਂ ਸਰਕਾਰ ਦੇ ਨਾਲ ਮੱਥਾ ਲਾਇਆ ਹੋਇਆ ਹੈਗਾ ਲੰਮਾ ਸਮਾਂ ਹੋ ਚੱਲਿਆ ਸੰਘਰਸ਼ ਨੂੰ ਹੁਣ ਕਿਵੇਂ ਦੇਖ ਦਿਓਗੇ ਕਿ ਇਹ ਸੰਘਰਸ਼ ਹੈਗਾ ਇਸ ਦਾ ਹੱਲ ਕਿਸ ਪਾਸੇ ਦੇਖ ਦਿਓ ਕਿਉਂਕਿ ਨਾ ਤਾਂ ਕਿਸਾਨ ਪਿੱਛੇ ਹਟਣ ਨੂੰ ਤਿਆਰ ਨੇ ਤੇ ਦੂਜੇ ਪਾਸੇ ਸਰਕਾਰ ਵੀ ਅੜੀ ਹੋਈ ਹੈਗੀ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਜ ਬੁੱਤ ਨੇਗ ਜਾਂ ਇਹ ਪੁਤਲੇ ਨੇ ਜਲਾ ਕੇ ਸਰਕਾਰ ਤੱਕ ਕੋਈ ਮੈਸੇਜ ਜਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਸਰਕਾਰ ਠੀਠ ਹੋਈ ਹੋਈ ਹੈ ਇਹਨਾਂ ਦੇ ਖੇਤਰਾਂ ਦੇ ਹਾਰ ਪਾ ਕੇ ਅਸੀਂ ਤਾਂ ਮਰੀ ਪਿਆ ਅਸੀਂ ਉਹਨਾਂ ਤੇ ਵਾਪਸ ਨਹੀਂ ਆਉਂਦੇ ਕਿਉਂਕਿ ਸਾਡਾ ਜਿਹੜਾ ਰੋਟੀ ਪਾਣੀ ਖਾਣ ਦਾ ਬਰਰਾਮ ਕਰਨ ਦਾ ਸਾਡੀਆਂ 100 ਸਾਲ ਮਾਵਾ ਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਅਸੀਂ ਉਥੋਂ ਗੂਰੇ ਘਰਾਂ ਚਾ ਕੇ ਸਾਡਾ ਕੋਈ ਵਿਸੇਬਾ ਨਹੀਂ ਸਾਡੇ ਕੋਈ ਬੱਚਿਆਂ ਦਾ ਰੋਜ਼ਗਾਰ ਨਹੀਂ ਅਸੀਂ ਤਾਂ ਇਦੂ ਉੱਥੇ ਰੂਹਾ ਤੇ ਮਰਨ ਲਈ ਤਿਆਰ ਆ ਤੇ ਅਸੀਂ ਸਾਧਮੈ ਧਰਨੇ ਆਪਦੇ ਕੋਈ ਅਸੀਂ ਉੱਚਾ ਬਦਮਾ ਧਰਨਾ ਨਹੀਂ ਇਸ ਤੇ ਜਾਣ ਦੇ ਬਰ ਖਲਾਫ ਨਹੀਂ ਬੋਲਦੇ ਅਸੀਂ ਇਹਨੂੰ ਐਂ ਕਹਿੰਦੇ ਆ ਵੀ ਤੁਹਾਡਾ ਤੂੰ ਸਾਡਾ ਪ੍ਰਧਾਨ ਮੰਤਰੀ ਹੈ ਜਿਵੇਂ ਤਾਂ ਕਾਨੂੰਨ ਰੱਦ ਕਰ ਸਕਦਾ ਤੂੰ ਜਦੋਂ ਸਾਨੂੰ ਇਹ ਕਾਨੂੰਨ ਚਾਹੀਦੀ ਨਹੀਂ ਇਸ ਕਰਕੇ ਜਿਹੜਾ ਇਹ ਅੜੀ ਅੜਰ ਵੀਰ ਹੈ ਉਹ ਇਹਦੇ ਹਕਾਰੀ ਪੁਰਥ ਦੇ ਧੌਣ ਚੋਂ ਕੀਲਾ ਕੱਢ ਕੇ ਆਵਾਂਗੇ ਤੇ ਸਾਨੂੰ 24 ਤੱਕਰ ਚੱਲਣਾ ਪੈ ਜੇ ਹੁਣ ਜਿਹੜਾ ਇਹ ਪੁੱਤਲਾ ਹੈਗਾ ਤੁਸੀਂ ਤਿਆਰ ਕਰ ਰਹੇ ਹੋ ਕਿੱਥੇ ਲਜਾਇਆ ਜਾਵੇਗਾ ਕਿਸ ਚੀਜ਼ ਰਾਹੀਂ ਲੈ ਕੇ ਜਾਵੋਗੇ ਤੇ ਕਦੋਂ ਜਲਾਇਆ ਜਾਵੇਗਾ ਇਹ ਦੇਖੋ ਜੀ ਕਾਲਤਾ ਉਹ ਸਾਨੂੰ ਉੱਪਰੋਂ ਵੀ ਕੱਲ ਨੂੰ ਜਲਾਉਣਾ ਹੈ ਇੱਕ ਪਰਸੋਂ ਨੂੰ ਜਲਾਉਣਾ ਹੈ ਅਸੀਂ ਆਪਦੇ ਆਗੂਆਂ ਦੇ ਅਸੀਂ ਆਪਦੇ ਲੀਡਰਾਂ ਦੇ ਕਹਿਣ ਮੁਤਾਬਕ ਚੱਲਾਂਗੇ ਕਿਉਂਕਿ ਜਿਹੜੇ ਉਹ ਬਹੁਤ ਸੁਲਝੇ ਬੁਲਝੇ ਹੋਏ ਨੇ ਇਹ ਤਾਂ ਅਸੀਂ ਉਹਨਾਂ ਨੂੰ ਦੱchnਾ ਹੈ ਵੀ ਅਸੀਂ ਪੜਿਓ ਜਹਾਂ ਦਿਓ ਇਹ ਕਰ ਸਾਨੂੰ ਕੋਈ ਸ਼ੌਂਕ ਨਹੀਂ ਸਾਡੇ ਕਿੱਤੇ ਨੂੰ ਠੁੱਡਾ ਮਾਰਦੇ ਹੋਂ ਇੱਥੋਂ ਤਿਆਰ ਕਰਕੇ ਅਸੀਂ ਆਪਣੀ ਟ੍ਰੇਲੀ ਟਰੈਕਟਰ ਜੋੜ ਕੇ ਜਿੱਥੇ ਕਹਿਣਗੇ ਸੰਗਰੂਰ ਦੇ ਵਿੱਚ ਅੱਡੋ-ਅੱਡੀ ਬਲਾਕਾਂ ਦੇ ਅੱਡੋ-ਅੱਡੀ ਜਿੰਨੇ ਬਲਾਕ ਨੇ ਆਪੋ ਆਪਣੀਆਂ ਜਗ੍ਹਾ ਤੇ ਉਹ ਜਲਾਉਣਗੇ ਦੇ ਪੂਤਲੇ ਸੋ ਕਿਸਾਨ ਜਥੇਬੰਦੀਆਂ ਦੀ ਕਾਲ ਸੀਗੀ ਜਿਹੜੇ ਪੁਤਲੇ ਜਲਾਉਣ ਦੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ ਮੀਟਿੰਗ ਤੋਂ ਬਾਅਦ ਫੈਸਲਾ ਹੋਵੇਗਾ ਕਿ ਜਿਹੜਾ ਇਹ ਪੁਤਲੇ ਨੇਗੇ ਇਹ ਕਿਸ ਦਿਨ ਜਲਾਏ ਜਾਂਦੇ ਨੇਗੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਤੇ ਇਸ ਤੋਂ ਬਾਅਦ ਕਿਸ ਤਰ੍ਹਾਂ ਜਿਹੜੇ ਅੱਗੇ ਕਾਲਾਂ ਆਉਂਦੀਆਂ ਨੇਗੀਆਂ ਉਹਨਾਂ ਨਾਲ ਖੇਤੀ ਕਾਨੂੰਨ ਨੇ ਜਿਹੜੇ ਉਹਨਾਂ ਪਰ ਅਸਰ ਹੁੰਦਾ ਹੈਗਾ ਕੇਂਦਰ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ ਐਨ ਜੀ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਕੁਲਵੀਰ ਸਿੰਘ ਮੋਲ ਸੰਗਰੂਰ